ਜਿਸ ਉਮਰ ਦੇ ਵਿੱਚ ਹੱਥਾਂ ਦੇ ਵਿੱਚ ਡਿਗਰੀਆਂ ਫੜਨ ਦਾ ਵੇਲਾ ਹੁੰਦਾ ਹੈ, ਉਸ ਉਮਰ ਦੇ ਵਿੱਚ ਇਹ ਨੌਜਵਾਨ ਹੱਥਾਂ ਦੇ ਵਿੱਚ ਅਸਲਾ ਲੈ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਤੇ ਇਹਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ। ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨੌਜਵਾਨਾਂ ਨੂੰ 3 32 ਬੋਰ ਪਿਸਟਲ, 1 32 ਬੋਰ ਰਿਵੋਲਵਰ ਤੇ 8 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਨੌਜਵਾਨ ਅਜਨਾਲਾ ਦੇ ਵਿੱਚ ਝਗੜਾ ਕਰਨ ਦੀ ਫਿਰਾਕ ਦੇ ਵਿੱਚ ਸਨ ਅਤੇ ਇਹਨਾਂ ਦੇ ਹੱਥਾਂ ਦੇ ਵਿੱਚ ਨਜਾਇਜ਼ ਅਸਲਾ, ਦਾਤਰ, ਡਾਂਗਾ ਤੇ ਸੋਟੇ ਸਨ, ਜਿਸ ਦੀ ਇਤਲਾਹ ਥਾਣਾ ਅਜਨਾਲਾ ਦੀ ਪੁਲਿਸ ਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ SHO ਹਿਮਾਂਸ਼ੂ ਭਗਤ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਅਜਨਾਲਾ ਦੇ ਵਿੱਚ ਝਗੜਾ ਕਰਨ ਦੀ ਫਿਰਾਕ ਦੇ ਵਿੱਚ ਨੇ, ਜਿਸ ਦੇ ਚਲਦੇ ਪੁਲਿਸ ਨੇ ਕਾਰਵਾਈ ਕੀਤੀ ਤੇ ਪੁਲਿਸ ਨੇ 9 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ, ਜਿਸ ਦੇ ਚਲਦੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਹੁਣ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ। ਇਹ ਜੀ ਕੱਲ੍ਹ ਮਿਤੀ 23 ਤਰੀਕ ਨੂੰ ਇੱਥੇ ਮੁੱਖ ਬਰਖਾਸਤ ਦੀ ਇਤਲਾਹ ਦੇ ਸਾਈ ਮੰਦਰ ਅਜਨਾਲਾ ਵਿਖੇ ਸਾਨੂੰ ਮੁੱਖ ਬਰੀ ਹੋਈ ਸੀ ਕਿ ਜਿਹੜੇ ਕੁਛ ਨੌਜਵਾਨ ਜਿਹੜੇ ਇੱਥੇ ਹਥਿਆਰਾਂ ਨਾਲ ਲੈਸ ਹੋ ਕੇ ਅਤੇ ਗੁੰਡਾਗਰਦੀ ਕਰ ਰਹੇ ਆ, ਜਿਸ 'ਤੇ ਪੁਲਿਸ ਪਾਰਟੀ ਭੇਜ ਕੇ ਉਹਨਾਂ ਨੌਜਵਾਨਾਂ ਨੂੰ 9 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਜਿਹੜੇ ਆ 4 ਹਥਿਆਰ ਬਰਾਮਦ ਕੀਤੇ ਗਏ ਆ। ਸਰ ਇਹ ਹਥਿਆਰ ਨਜਾਇਜ਼ ਸਨ? ਹਾਂਜੀ, ਇਹ ਸਾਰੇ ਨਜਾਇਜ਼ ਹਥਿਆਰ ਸੀ, ਜਿਨ੍ਹਾਂ ਵਿੱਚੋਂ 3 ਪਿਸਟਲ ਅਤੇ 1 32 ਬੋਰ ਦਾ ਰਿਵਾਲਵਰ ਸੀ। ਸਰ ਇਹਨਾਂ ਦੋਸ਼ੀਆਂ ਦੇ ਉੱਤੇ ਪਹਿਲਾਂ ਕੀ ਮਾਮਲਾ ਦਰਜ? ਇਹ ਜੀ ਸੰਬੰਧਿਤ ਥਾਣੇ ਤੋਂ ਆਪਾਂ ਰਿਕਾਰਡ ਪੜਤਾਲ ਕਰਾਂਗੇ, ਫਿਲਹਾਲ ਇਹ ਦੋਸ਼ੀ ਪੁਲਿਸ ਰਿਮਾਂਡ 'ਤੇ, ਇਹਦੇ ਬਾਰੇ ਪਤਾ ਕੀਤਾ ਜਾਵੇ। ਇਹਨਾਂ ਹਥਿਆਰਾਂ, ਇਹ ਸਾਰੇ ਨਜਾਇਜ਼ ਹਥਿਆਰ ਸੀ, ਇਹ ਰਿਮਾਂਡ ਦੇ ਦੌਰਾਨ ਇਹਨਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਇਹ ਹਥਿਆਰ ਕਿੱਥੋਂ ਲੈ ਕੇ ਆਏ ਸੀ। ਹਥਿਆਰਾਂ ਦੇ ਨਾਲ ਇਹਨਾਂ ਕੋਲ 8 ਜ਼ਿੰਦਾ ਰੌਂਦ ਬਰਾਮਦ ਹੋਏ ਨੇ, ਡਾਂਗ, ਸੋਟੇ ਅਤੇ ਦਾਤਰ ਬਰਾਮਦਗੀ ਹੋਈ ਜੀ। ਨਸ਼ੀਲੇ ਪਦਾਰਥਾਂ ਦੀ ਰਿਕਵਰੀ ਨਹੀਂ, ਇਹਦੇ ਬਾਰੇ ਡੂੰਘਾਈ ਨਾਲ ਜਿਹੜੀ ਹੈ ਦੌਰਾਨੇ ਪੁਲਿਸ ਰਿਮਾਂਡ ਪੁੱਛਗਿੱਛ ਕੀਤੀ ਜਾਵੇਗੀ। ਜਿਸ ਉਮਰ ਦੇ ਵਿੱਚ ਹੱਥਾਂ ਦੇ ਵਿੱਚ ਡਿਗਰੀਆਂ ਫੜਨ ਦਾ ਵੇਲਾ ਹੁੰਦਾ ਹੈ, ਉਸ ਉਮਰ ਦੇ ਵਿੱਚ ਇਹ ਨੌਜਵਾਨ ਹੱਥਾਂ ਦੇ ਵਿੱਚ ਅਸਲਾ ਲੈ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਤੇ ਇਹਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ। ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨੌਜਵਾਨਾਂ ਨੂੰ 3 32 ਬੋਰ ਪਿਸਟਲ, 1 32 ਬੋਰ ਰਿਵੋਲਵਰ ਤੇ 8 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਨੌਜਵਾਨ ਅਜਨਾਲਾ ਦੇ ਵਿੱਚ ਝਗੜਾ ਕਰਨ ਦੀ ਫਿਰਾਕ ਦੇ ਵਿੱਚ ਸਨ ਅਤੇ ਇਹਨਾਂ ਦੇ ਹੱਥਾਂ ਦੇ ਵਿੱਚ ਨਜਾਇਜ਼ ਅਸਲਾ, ਦਾਤਰ, ਡਾਂਗਾ ਤੇ ਸੋਟੇ ਸਨ, ਜਿਸ ਦੀ ਇਤਲਾਹ ਥਾਣਾ ਅਜਨਾਲਾ ਦੀ ਪੁਲਿਸ ਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ SHO ਹਿਮਾਂਸ਼ੂ ਭਗਤ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਅਜਨਾਲਾ ਦੇ ਵਿੱਚ ਝਗੜਾ ਕਰਨ ਦੀ ਫਿਰਾਕ ਦੇ ਵਿੱਚ ਨੇ, ਜਿਸ ਦੇ ਚਲਦੇ ਪੁਲਿਸ ਨੇ ਕਾਰਵਾਈ ਕੀਤੀ ਤੇ ਪੁਲਿਸ ਨੇ 9 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ, ਜਿਸ ਦੇ ਚਲਦੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਹੁਣ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ।
ਇਹ ਜੀ ਕੱਲ੍ਹ ਮਿਤੀ 23 ਤਰੀਕ ਨੂੰ ਇੱਥੇ ਮੁੱਖ ਬਰਖਾਸਤ ਦੀ ਇਤਲਾਹ ਦੇ ਸਾਈ ਮੰਦਰ ਅਜਨਾਲਾ ਵਿਖੇ ਸਾਨੂੰ ਮੁੱਖਬਰੀ ਹੋਈ ਸੀ ਕਿ ਜਿਹੜੇ ਕੁਛ ਨੌਜਵਾਨ ਜਿਹੜੇ ਇੱਥੇ ਹਥਿਆਰਾਂ ਨਾਲ ਲੈਸ ਹੋ ਕੇ ਅਤੇ ਗੁੰਡਾਗਰਦੀ ਕਰ ਰਹੇ ਆ, ਜਿਸ 'ਤੇ ਪੁਲਿਸ ਪਾਰਟੀ ਭੇਜ ਕੇ ਉਹਨਾਂ ਨੌਜਵਾਨਾਂ ਨੂੰ ਨੌ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਜਿਹੜੇ ਆ 4 ਹਥਿਆਰ ਬਰਾਮਦ ਕੀਤੇ ਗਏ ਆ। ਸਰ ਇਹ ਹਥਿਆਰ ਨਜਾਇਜ਼? ਹਾਂਜੀ, ਇਹ ਸਾਰੇ ਨਜਾਇਜ਼ ਹਥਿਆਰ ਸੀ, ਜਿਨ੍ਹਾਂ ਵਿੱਚੋਂ 3 ਪਿਸਟਲ ਅਤੇ 1 32 ਬੋਰ ਦਾ ਰਿਵਾਲਵਰ ਸੀ। ਸਰ ਇਹਨਾਂ ਦੋਸ਼ੀਆਂ ਦੇ ਉੱਤੇ ਪਹਿਲਾਂ ਕੀ ਮਾਮਲਾ ਦਰਜ? ਇਹ ਜੀ ਸੰਬੰਧਿਤ ਥਾਣੇ ਤੋਂ ਆਪਾਂ ਰਿਕਾਰਡ ਪੜਤਾਲ ਕਰਾਂਗੇ, ਫਿਲਹਾਲ ਇਹ ਦੋਸ਼ੀ ਪੁਲਿਸ ਰਿਮਾਂਡ 'ਤੇ, ਇਹਦੇ ਬਾਰੇ ਪਤਾ ਕੀਤਾ ਜਾਵੇ। ਇਹਨਾਂ ਹਥਿਆਰਾਂ, ਇਹ ਸਾਰੇ ਨਜਾਇਜ਼ ਹਥਿਆਰ ਸੀ, ਇਹ ਰਿਮਾਂਡ ਦੇ ਦੌਰਾਨ ਇਹਨਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਇਹ ਹਥਿਆਰ ਕਿੱਥੋਂ ਲੈ ਕੇ ਆਏ ਸੀ। ਹਥਿਆਰਾਂ ਦੇ ਨਾਲ ਇਹਨਾਂ ਕੋਲ 8 ਜਿੰਦਾ ਰੌਂਦ ਬਰਾਮਦ ਹੋਏ ਨੇ, ਡਾਂਗ ਸੋਟੇ ਅਤੇ ਦਾਤਰ ਬਰਾਮਦਗੀ ਹੋਈ ਜੀ। ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਈ, ਇਹਦੇ ਬਾਰੇ ਡੂੰਘਾਈ ਨਾਲ ਜਿਹੜੀ ਹੈ ਦੌਰਾਨੇ ਪੁਲਿਸ ਰਿਮਾਂਡ ਪੁੱਛਗਿੱਛ ਕੀਤੀ ਜਾਵੇਗੀ।